ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਨਸ਼ਿਆਂ ਦੇ ਵਿਰੁੱਧ ਐਲਾਨੇ ਜੰਗ ਜੋ ਮੁਕਤਸਰ ਦੀ ਪਾਵਨ ਧਰਤੀ ਦੇ ਲੋਕ ਕਰਨ ਜਾ ਰਹੇ ਨੇ। ਸਭ ਵਰਗਾਂ ਸਭ ਜਾਤ ਪਾਤ ਮਜ਼ਬੂ ਮਿਲਤ ਤੋਂ ਉੱਪਰ ਉੱਠ ਕੇ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਪਾਵਨ ਧਰਤੀ, ਸ਼ਹੀਦ ਭਾਈ ਮਹਾਂ ਸਿੰਘ ਮਾਈ ਪਾਕ ਕੌਰ ਔਰ ਨਾਲ ਦੀ ਨਾਲ ਹਜ਼ਾਰਾਂ ਦੀ ਤਾਦਾਦ ਵਿਚ ਜੋ ਇਸ ਸ਼ਹਿਰ ਨੇ ਔਰ ਇਸ ਇਲਾਕੇ ਨੇ ਦੇਸ਼ ਭਗਤ ਪੈਦਾ ਕੀਤੇ ਹਨ, ਉਹਨਾਂ ਦੀ ਪ੍ਰੇਰਣਾ ਦੇ ਨਾਲ ਮੈਂ ਤੁਹਾਨੂੰ ਅਪੀਲ ਕਰਦਾ ਕਿ 9 ਅਗਸਤ ਨੂੰ ਸ਼ਾਮ ਨੂੰ 5 ਵਜੇ ਨਾਕਾ ਨੰਬਰ 7 ਸ੍ਰੀ ਮੁਕਤਸਰ ਸਾਹਿਬ ਤੋਂ 32 ਪੁਜਾਰੀਆਂ ਤੱਕ ਸਾਰਾ ਸ਼ਹਿਰ ਕਵਰ ਕਰਕੇ ਇਹ 2 ਘੰਟਿਆਂ ਦਾ ਇੱਕ ਪੈਦਲ ਮਾਰਚ, ਪੈਦਲ ਯਾਤਰਾ, ਅਵੇਅਰਨੈਸ ਡਰਾਈਵ ਔਰ ਸਾਰਿਆਂ ਨੂੰ ਮੈਂ ਅਪੀਲ ਤੇ ਬੇਨਤੀ ਕਰਦਾ ਕਮਰ ਕੱਸੇ ਕੱਸ ਲਓ। ਇਹ ਪੰਜਾਬ ਦੇ ਇਤਿਹਾਸ ਦਾ, ਨਸ਼ਿਆਂ ਦੇ ਵਿਰੁੱਧ 21ਵੀਂ ਸਦੀ ਦਾ ਇੱਕ ਬਹੁਤ ਪ੍ਰੇਰਣਾਦਾਇਕ, ਪੰਜਾਬ ਦੇ ਲੋਕਾਂ ਲਈ, ਪੰਜਾਬੀਆਂ ਲਈ ਇਹ ਇੱਕ ਮਾਰਚ ਔਰ ਇਹ ਯਾਤਰਾ ਬਣ ਸਕੇ, ਇਹਦੀ ਅਰਦਾਸ ਤੇ ਕਾਮਨਾ ਕਰੋ। ਮੈਨੂੰ ਬਹੁਤ ਉਮੀਦ ਹੈ ਜਿਸ ਪ੍ਰਕਾਰ ਹਜ਼ਾਰਾਂ ਦੀ ਤਾਦਾਦ ਵਿਚ ਸੰਗਤ ਮੇਰੇ ਨਾਲ ਇਨ ਟੱਚ ਹੈ, ਸਭ ਪੋਲੀਟੀਕਲ ਐਫੀਲੇਸ਼ਨਸ ਤੋਂ ਉੱਪਰ ਉੱਠ ਕੇ ਮੈਂ ਸਾਰੇ ਮੁਕਤਸਰ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੰਦਾ ਕਿ ਆਓ ਇੱਕ ਨਵਾਂ ਇੱਕ ਦਿਨ, ਇੱਕ ਨਵਾਂ ਸ਼ੁਰੂਆਤ, ਇੱਕ ਨਵੀਂ ਪਹਿਲ ਕਦਮੀ ਆਪਾਂ ਰਲ ਮਿਲ ਕੇ ਕਰੀਏ। ਬਹੁਤ ਬਹੁਤ ਮਿਹਰਬਾਨੀ। ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਨਸ਼ਿਆਂ ਦੇ ਵਿਰੁੱਧ ਐਲਾਨੇ ਜੰਗ ਜੋ ਮੁਕਤਸਰ ਦੀ ਪਾਵਨ ਧਰਤੀ ਦੇ ਲੋਕ ਕਰਨ ਜਾ ਰਹੇ ਨੇ। ਸਭ ਵਰਗਾਂ ਸਭ ਜਾਤ ਪਾਤ ਮਜ਼ਬੂ ਮਿਲਤ ਤੋਂ ਉੱਪਰ ਉੱਠ ਕੇ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਪਾਵਨ ਧਰਤੀ, ਸ਼ਹੀਦ ਭਾਈ ਮਹਾਂ ਸਿੰਘ ਮਾਈ ਪਾਕ ਕੌਰ ਔਰ ਨਾਲ ਦੀ ਨਾਲ ਹਜ਼ਾਰਾਂ ਦੀ ਤਾਦਾਦ ਵਿਚ ਜੋ ਇਸ ਸ਼ਹਿਰ ਨੇ ਔਰ ਇਸ ਇਲਾਕੇ ਨੇ ਦੇਸ਼ ਭਗਤ ਪੈਦਾ ਕੀਤੇ ਹਨ, ਉਹਨਾਂ ਦੀ ਪ੍ਰੇਰਣਾ ਦੇ ਨਾਲ ਮੈਂ ਤੁਹਾਨੂੰ ਅਪੀਲ ਕਰਦਾ ਕਿ 9 ਅਗਸਤ ਨੂੰ ਸ਼ਾਮ ਨੂੰ 5 ਵਜੇ ਨਾਕਾ ਨੰਬਰ 7 ਸ੍ਰੀ ਮੁਕਤਸਰ ਸਾਹਿਬ ਤੋਂ 32 ਪੁਜਾਰੀਆਂ ਤੱਕ ਸਾਰਾ ਸ਼ਹਿਰ ਕਵਰ ਕਰਕੇ ਇਹ 2 ਘੰਟਿਆਂ ਦਾ ਇੱਕ ਪੈਦਲ ਮਾਰਚ, ਪੈਦਲ ਯਾਤਰਾ, ਅਵੇਅਰਨੈਸ ਡਰਾਈਵ ਔਰ ਸਾਰਿਆਂ ਨੂੰ ਮੈਂ ਅਪੀਲ ਤੇ ਬੇਨਤੀ ਕਰਦਾ ਕਮਰ ਕੱਸੇ ਕੱਸ ਲਓ। ਇਹ ਪੰਜਾਬ ਦੇ ਇਤਿਹਾਸ ਦਾ, ਨਸ਼ਿਆਂ ਦੇ ਵਿਰੁੱਧ 21ਵੀਂ ਸਦੀ ਦਾ ਇੱਕ ਬਹੁਤ ਪ੍ਰੇਰਣਾਦਾਇਕ, ਪੰਜਾਬ ਦੇ ਲੋਕਾਂ ਲਈ, ਪੰਜਾਬੀਆਂ ਲਈ ਇਹ ਇੱਕ ਮਾਰਚ ਔਰ ਇਹ ਯਾਤਰਾ ਬਣ ਸਕੇ, ਇਹਦੀ ਅਰਦਾਸ ਤੇ ਕਾਮਨਾ ਕਰੋ। ਮੈਨੂੰ ਬਹੁਤ ਉਮੀਦ ਹੈ ਜਿਸ ਪ੍ਰਕਾਰ ਹਜ਼ਾਰਾਂ ਦੀ ਤਾਦਾਦ ਵਿਚ ਸੰਗਤ ਮੇਰੇ ਨਾਲ ਇਨ ਟੱਚ ਹੈ, ਸਭ ਪੋਲੀਟੀਕਲ ਐਫੀਲੇਸ਼ਨਸ ਤੋਂ ਉੱਪਰ ਉੱਠ ਕੇ ਮੈਂ ਸਾਰੇ ਮੁਕਤਸਰ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੰਦਾ ਕਿ ਆਓ ਇੱਕ ਨਵਾਂ ਇੱਕ ਦਿਨ, ਇੱਕ ਨਵਾਂ ਸ਼ੁਰੂਆਤ, ਇੱਕ ਨਵੀਂ ਪਹਿਲ ਕਦਮੀ ਆਪਾਂ ਰਲ ਮਿਲ ਕੇ ਕਰੀਏ। ਬਹੁਤ ਬਹੁਤ ਮਿਹਰਬਾਨੀ।